वाहिगुरु जी का खालसा श्री वाहिगुरु जी की फतेह। हाँ जी, मैं हरकीत कौर, अपने चैनल पर स्वागत है। असीं सारे ठीक ठाक हाँ जी, वाहिगुरु की कृपा नाल तुसीं भी सारे ठीक होवोंगे। जिहड़ा टाइम मॉर्निंग दा कुछ नहीं समझ आउंदा, रात हनेरी मीं, 5-6 बजे हनेरी मीं आ गई सवा से, पर रेता थोड़ा ही है, बहुत ही रेता, आए नहीं पता लगता कित्थों शुरू करा कित्थों खत्म होगा। देखो कि रेता तो बहुत ज्यादा ना, कौन दस्या मैं कुछ है कम लग गया। आई नी भाई, अज तो नजारा रहता पे है। ਮਾਂਜਾ ਚੱਕਣ ਨੂੰ ਤਾਈ ਤਾਈ ਚਾਹ ਚੂ ਪੀ ਕੇ ਤਾਂ ਕੜੀ ਹੋ ਕੇ ਲੱਗੇਗੀ, ਡਰ ਦੀ ਰੋਟੀ ਦਾ ਟਿੰਗ ਆਈ ਜਾਂਦੀ ਹੈ। रोटी रेट का रज ला कम बहुत रज चाह कौला होर मार एक फिर चलू दो घंटे मर जा कहता मैं रब नंबर लाने का दफर कहना दबारे फिर आऊ तैयार आ रेता लेके जाके जाके चाह पी बी लगना फिर कम ते ਰਹਿ ਨਹੀਂ ਜੇ ਹੁਣ ਤੁਸੀਂ ਦੁਬਾਰੇ ਕਰਕੇ ਹਟੋਗੇ ਉਹਨੂੰ ਫੇਰ ਆਉਣਾ ਰੱਬ ਨੇ ਹੁਣ ਨਹੀਂ ਇੰਨਾ ਲੈਂਦਾ ਜੀ ਤੇ ਹੁਣ ਮੀਂਹ ਆ ਗਿਆ ਨਾ ਮਗਰੋਂ ਛਿੜਕਿਆ ਗਿਆ ਉਹ ਇਹ ਆ ਕੀ ਪਤਾ ਕਿੱਥੇ ਚੱਕ ਲਿਆ ਵੀ ਸਮਾਂ ਨਾ ਆਪਣੇ ਰੇਤਾ ਤਾਂ ਦਬ ਗਿਆ ਛਿੜਕਾ ਸੰਭਾਇ ਤਾਂ ਹੋ ਗਿਆ ਛਿੜਕਾ ਸੰਭਾਇ ਹੋ ਗਿਆ ਭੈਣਾਂ ਕਮੈਂਟ ਕਰਦੀਆਂ ਨੇ ਆ ਕੇ ਬੀਬੀ ਤੇ ਬਾਈ ਕਲਵੀਰ ਦੀ ਘੱਟ ਬਣਦੀ ਆ ਸਾਡੇ ਤਾਂ ਸਾਜ ਨਹੀਂ ਚੱਲੀ ਜਾਂਦਾ ਜੀ ਬੀਬੀ ਮੰਦੀ ਇੰਦਰੀ ਮੈਂ ਤਾਂ ਜ਼ਮੀਨ ਬਣਾਉਣੀ ਆ।
ਨਾ ਬਣਦੀ ਮਿਲਣ ਬਣਦੀ ਨਹੀਂ ਹੈਗੀ ਤਕਰੀਬਨ ਛੁੱਟੀਆਂ ਉੱਠਦੀਆਂ ਸਾਰੀਆਂ ਭੈਣਾਂ ਚਿੰਬੜ ਗਈਆਂ ਹੋਣਗੀਆਂ ਸਾਫ਼ ਸਫਾਈਆਂ ਕਰਨ ਦੱਸਿਓ ਕਿੱਥੇ ਕਿੱਥੇ ਮੀਂਹ ਆਇਆ ਕਿੱਥੇ ਕਿੱਥੇ ਨਹਿਰੀ ਆਈ ਸਾਡੇ ਸਾਡੇ ਤਾਂ ਮੀਂਹ ਤਾਂ ਸਿੜਕਾਂ ਸੰਭਾ ਜਿਹਾ ਹੀ ਆ ਜਿਹਨੇ ਕਿ ਜਿਵੇਂ ਆਪਾਂ ਪਾਇਪ ਲਾ ਕੇ ਵਿਹੜਾ ਸਿੜਕਦੇ ਹੁੰਦੇ ਇਸ ਤਰ੍ਹਾਂ ਹੀ ਆ ਨਹਿਰੀ ਵਾਲੀ ਸੀਗੀ ਪਹਿਲਾਂ ਨਹਿਰੀ ਸੀ ਮਗਰੋਂ ਸਿੜਕਾਂ ਸੰਭਾ ਤੁਸੀਂ ਦੱਸਿਓ ਭੈਣਾਂ ਮੇਰੀਆਂ ਵੀ ਸੋਚ ਦੇ ਕਿਸ ਤਰ੍ਹਾਂ ਹੋਇਆਗਾ ਉਧਰ ਜਾਰੀ ਦੀਦੀ ਸਾਫ਼ ਕਰਦੀ ਆ ਹਾਂ ਮੈਂ ਸਾਫ਼ ਕਰਦੀ ਆ ਚਵਾਰਾ ਸੁਖਮਨ ਸਾਫ਼ ਕਰੂ ਜਦ ਸੁਖਮਨ ਸੋ ਜਾਂਦੀ ਕਰੇਗੀ ਸੁਖਮਨ ਸੰਗੀਤ ਦਾ ਚਾਦਰ ਜੂਦਰਾ ਪੁੱਤ ਲਾ ਲਈ ਇੱਧਰ ਆ ਫਿੱਤਾ ਖਰਾਬ ਹੋ ਗਿਆ ਪਤਾ ਨਹੀਂ ਕਿਵੇਂ ਲੋਟ ਹੋ ਗਈ ਤੇ ਸਰਦਾਰ ਜੀ ਫਿੱਤਾ ਲੋਟ ਕਰ ਗਏ ਲੈ ਕੇ ਜਾਂਦੀ ਕਿਸੇ ਖਤਰਾ ਤੋਂ ਮੌਨ ਨਾ ਲੰਘ ਗਿਓ ਫਿੱਤਾ ਮੈਨੂੰ ਦਰ ਕੇ ਲੋਟ ਕਰ ਲੈਂਦੇ ਪੋਚੇ ਮੈਂ ਲਾਉਂ ਸਾਰਾ ਚਵਾਰਾ ਸਾਫ ਕਰਕੇ ਚਾਦਰਾਂ ਚੁਦਰਾਂ ਬੈੱਡ ਦੀਆਂ ਲਾ ਲਈ ਠੀਕ ਆ ਠੀਕ ਆ ਦਰੀ ਬਾਹਰੇ ਜਾ ਕੇ ਝਾੜ ਦੀ ਪ੍ਰੈਸ ਵਾਲੀ ਅੱਜ ਇਹ ਘਰੇ ਰਹੂ ਸਾਰਾ ਕੰਮ ਕਰਾਇਆ ਤੂੰ ਮੇਰੀ ਪੇਪਰ ਆ ਪਰਸੋਂ ਪੇਪਰ ਦਾ ਕੀ ਮਤਲਬ ਹੈ ਕੰਮ ਨੂੰ ਰੋਜ਼ ਜਾਣ ਕੁਛ ਤਾਂ ਮੈਂ ਰੋਜ਼ ਹੀ ਕਰਦੀ ਆ ਸਫਾਈ ਸਾਰੀ ਕਰਾਉਣੀ ਨੇ ਕੋਈ ਅੱਜ ਨਾ ਜਾ ਪੋਚੇ ਤੇ ਪਤਾਪੀ ਲਾ ਲੂੰ ਚਵਾਰਾ ਸਾਫ ਕਰਕੇ ਨਾ ਪੋਚੇ ਤੇ ਮੈਂ ਲਾ ਲੂੰ ਹੋਰ ਸਫਾਈ ਨਹੀਂ ਨਾ ਚਵਾਰਾ ਸਾਫ ਕਰਕੇ ਚਵਾਰੇ ਚ ਪੋਚਾ ਲਾ ਦੀ ਹੋਰ ਮੈਂ ਜਾਣਾ ਮੇਰਾ ਕੰਮ ਜਾਣਾ ਬਸ ਉੱਥੇ ਹੀ ਵੱਧਾ ਹੈ ਉੱਥੇ ਵੱਧਾ ਹੈ ਉਹ ਇੱਥੇ ਮੈਂ ਕਰਤਾ ਲਾ ਮੱਝਾਂ ਨੇ ਮਾਉਣੀਆਂ ਨੇ ਮੱਝਾਂ ਤੁਸੀਂ ਨਮਾਇਓ ਅੱਜ ਕੋਈ ਨਾ ਕੀ ਰਲ ਮਿਲ ਕੇ ਕੰਮ ਕਰਾਂਗੇ ਸਾਰੇ अगले गेट बंद होंदा पता नहीं कित्थों रेका आ जांदा थल्ले आपां बेल चाहो पछा लांगे अज कपड़ा लैके जावांगे ਚਵਾਰਾ ਚਵਾਰਾ ਸਾਫ ਕਰਦੀ ਪੋਚੀ ਤੇ ਹੇਠਾਂ ਮੈਂ ਆਪੇ ਲਾ ਲੂੰ ਆ ਗਈ ਬਸ ਬੈਣ ਆ ਗਈ ਬਸ ਮੋਟਰਸਾਈਕਲ ਤੇ ਲੈ ਜਾ ਲੰਘ ਜੂਗੀ ਪੰਜਾਂ ਜੋਰਾਂ ਤੇ ਨੇ ਹਾਂ ਜੋਰਾਂ ਤੇ ਨੇ ਸਪੰਜਾਂ ਮੈਂ ਤਾਂ ਹੁਣ ਕਰਨੀਆਂ ਪੈਣੀਆਂ ਨੇ ਆ ਇੰਨੇ ਪੱਤੇ ਕਿਧਰੋਂ ਆ ਗਏ ਨਿੰਮ ਓ ਨਿੰਮ ਆ ਨਿੰਮ ਜਾਮਣ ਬੀਬੀ ਦਾ ਘਰ ਹਟੀ ਸਪਾਈ ਬੀਬੀ ਗਰਮੀ ਤਾਂ ਨਹੀਂ ਆਉਂਦੀ ਅੱਜ ਹੈਂ ਗੱਲਾਂ ਚ ਬੱਧ ਰੱਖ ਦਿਓ ਢੋਲ ਢੋਲ ਉਹ ਪਾਣੀ ਪਾਲੀਆਂ ਬੋਲ ਰਹੀਆਂ ਸਾਰਾ
ਠੀਕ ਆ ਜੀ। ਹੋਰ ਕੁਛ? ਹੋਰ ਕੁਛ ਕੰਮ ਦੀ ਗੱਲ ਕਹਿਣੇ ਆ। ਠੀਕ ਆ ਜੀ। ਉਹਨੇ ਪੱਤੇ ਬੀਬੀ ਲੈ ਜਾਂਦੀਆਂ ਨੇ, ਹਵਾ ਚੱਲਦੀ ਹੈ, ਉਹਨੇ ਪੱਤੇ ਹੋਰ ਆ ਜਾਂਦੇ ਨੇ, ਉਹਨੇ ਲਿਆਂਦੀ ਹੈ, ਉਹੀ ਬੜਿਆਉਂਦੇ। ਘੰਟਾ ਹੋਇਆ ਤੇਰਾ ਜ਼ੋਰ ਲੱਗੀ ਉਹਦੇ ਉੱਧਰੋਂ, ਪਹਿਲਾਂ ਉਹਨਾਂ ਨੂੰ ਗੱਲ ਸੁਣਾ, ਉਹਨਾਂ ਨਾਲ ਬੱਠਲ ਭਰ ਕੇ ਛਿੱਟ ਉਹ ਮੁੱਕ ਜਾਣਗੇ, ਫਿਰ ਜਾਣਗੇ ਇਹ, ਇਕੱਠੇ ਹੋਣ ਹੀ ਦਿੰਦੀ, ਹਵਾ ਹੋਰਾਂ ਫੇਰ ਲਿਆਉਂਦੀ ਹੈ, ਪਹਿਲਾਂ ਉਹਨਾਂ ਨੂੰ ਚੱਕ ਮੁੜਨਗੇ, ਕਿੱਥੋਂ ਜੋ ਚੱਕੇ ਗਏ ਉਹ ਲੋ ਜੀ। ਬੀਬੀ ਨੇ ਮਾਂਜਦੇ ਭਾਂਡੇ ਟੋਕਰੇ ਵਾਲੀ ਸਾਰੇ ਸਾਫ਼ ਕਰੇ ਨੇ, ਧੋਤੇ ਨੇਗੇ, ਅਤੇ ਇੱਧਰ ਆਪਣੀ ਤਾਰ 'ਤੇ ਕੱਪੜੇ, ਆਹ ਤਾਂ ਵਾਲੀ ਤਾਰ ਭਰੀ ਪਈ, ਆਹ ਵਾਲੀ ਤਾਰ ਭਰੀ ਪਈ ਆ, ਕੋਠੇ 'ਤੇ ਦੋਨੇ ਬੈੱਡਾਂ ਦੀਆਂ ਚਾਦਰਾਂ ਧੋਤੀਆਂ ਪਈਆਂ ਨੇਗੀਆਂ, ਅਤੇ ਇੱਧਰੋਂ ਸਾਫ਼ ਸਫਾਈ ਆ ਸਾਰਾ, ਅੱਜ ਦਿਖਾਉਣਾ ਤੁਹਾਨੂੰ ਸੁਖਮਨ ਨੇ ਕਰਿਆ ਗਾ, ਵਧੀਆ ਹੋ ਗਿਆ ਘਰ। ਉਹ ਚਾਦਰ ਚਾਦਰ ਫਿਰ ਉੱਧਰਲੇ ਪਾਸੇ ਡਿੱਗ ਪਈ ਕੋਠੇ 'ਤੇ ਹਵਾ ਨਾਲ, ਹੈ ਨਾ। ਅਤੇ ਹਜੇ ਜਿਹੜਾ ਟਾਈਮ ਹੈ 10 ਵੱਜ ਗਏ, ਹਜੇ ਦੇਖੋ ਰਸੋਈ ਦਾ ਖਲਾਰਾ, ਰਸੋਈ ਦਾ ਖਲਾਰਾ ਹਜੇ ਸਾਫ਼ ਕਰਨੀ ਹੈਗੀ, ਉਹਦੇ ਕਰੀ ਤੀ ਸਾਫ਼, ਅੱਜ ਹਜੇ ਕਰਨੀ ਹੈ, ਹਨੇਰੀ ਆ ਗਈ। ਠੀਕ ਆ ਲਓ ਜੀ, ਪ੍ਰੈਸ ਕਰ ਕਰ ਆਪਾਂ ਧਰ ਦਿੱਤੇ ਕੱਪੜੇ, ਜਿਹੜਾ ਟਾਈਮ ਹੈ 2:15 ਹੋ ਗਏ, ਅੱਜ ਰਾਤ ਦਾ ਹਜੇ ਹਨੇਰੀਆਂ ਨੇ ਕੰਮ ਵਧਾਇਆ, ਹਜੇ ਸਾਡੇ ਕੰਮ ਠੀਕ ਨਹੀਂ ਹੋਏ। ਆਹ ਕਮੀਜ਼ ਮੈਂ ਸਿਲਾਈ ਕਰਾ ਲਿਆ, ਇਹ ਭੈਣ ਨੇ ਕਿਸੇ ਨੂੰ ਬਾਹਰੋਂ ਭੇਜਿਆ ਸੀਗਾ, ਅਤੇ ਨਾਲ ਸਲਵਾਰ ਲੈਣੀ ਹੈ, ਕਿੰਨਾ ਸੋਹਣਾ ਪ੍ਰਿੰਟ ਹੈ ਇਹਦਾ, ਕਿਸ ਭੈਣ ਨੇ ਭੇਜਿਆ ਸੀ ਬਾਹਰੋਂ, ਪਿਆਰ ਭੈਣਾਂ ਦਾ ਇੰਨਾ ਪਿਆਰ। ਸਲਵਾਰ ਲਾਉਂਗੀ ਇਹਦੇ ਨਾਲ ਦੀ ਮੈਂ, ਚਾਹੇ ਐਵੇਂ ਦੀ ਲੈ ਲਾਂ, ਚਾਹੇ ਐਵੇਂ ਦੀ ਲੈ ਲਾਂ, ਚਾਹੇ ਐਵੇਂ ਦੀ ਲੈ ਲਾਂ, ਜਿਹੜੀ ਜਿਹੀ ਲੱਗੀ ਉਹ ਜਿਹੀ ਲੈ ਲਾਂ। ਉੱਚੀ ਬੋਲ ਰਹੇ ਹੋ ਜੀ, ਆਪਾਂ ਪ੍ਰੈਸ ਕਰਕੇ ਅਲਮਾਰੀ ਸੈੱਟ ਕਰ ਰਹੇ, ਤੁਹਾਨੂੰ ਅਲਮਾਰੀ ਦਿਖਾਉਣੀ ਕੱਪੜੇ ਵਾਲੀ, ਵੀ ਕਿਵੇਂ ਗਾਹ ਪਿਆ ਪਿਆ ਮੇਰੀ ਅਲਮਾਰੀ ਦੇ ਵਿੱਚ, ਬਹੁਤ ਖਲਾਰਾ ਪਿਆ ਪਿਆ, ਕਿਉਂਕਿ ਜਦੋਂ ਜਾਂਦੇ ਆਉਂਦੇ ਹਾਂ ਅਸੀਂ ਜਦ ਕਿਤੇ ਨੇ ਖਿੱਚ ਲੈਣੇ ਆ ਕੱਪੜੇ, ਇਹ ਤਾਂ ਕਰੀ ਹੋਈ ਕੋਈ ਖਲਾਰਾ ਜਿਹਾ ਪੜ ਗਿਆ ਇਹਦਾ ਤਾਂ। ਕੱਪੜੇ ਤੋਂ ਕਿਹੜੇ ਵਿਹੜਾ ਨਹੀਂ ਲੱਗੀਆਂ ਪ੍ਰੈਸ ਕਰਨ ਲਈ, 1:00 ਨੂੰ 2:00 ਗਏ, 5-4 ਮਿੰਟ ਰਹਿੰਦੇ ਹੋਣਗੇ 2:00 'ਚ, 2:00। ਦੇਖੋ ਜੀ ਮੇਨ ਅਲਮਾਰੀ ਦਾ ਖਲਾਰਾ, ਹੁਣ ਮੈਂ ਸਾਰੀ ਸੈਟਿੰਗ ਕਰਦੀ ਹਾਂ ਜੀ, ਅਤੇ ਵਿੱਚ ਹੈਂਗਰ 'ਚ ਮੇਰੇ ਕੱਪੜੇ ਟੰਗੇ ਪਏ, ਵਿੱਚ ਸਰਦਾਰ ਦੀਆਂ ਦੇ ਅਲੱਗ ਅਲੱਗ ਕਰਦੀ ਹਾਂ ਜੀ, ਜਦੋਂ ਆਪਾਂ ਇੱਕ ਕੱਪੜਾ ਖਿੱਚਦੇ ਹਾਂ ਦੂਜੇ ਨਾਲ ਆ ਜਾਂਦੇ ਹਾਂ, ਜਾਣ ਗਿਆ ਕਾਹਲੀ ਹੁੰਦੀ ਹੈਗੀ। ਸਰਦਾਰ ਜੀ ਨੇ ਚਿੱਟੇ ਕੁੜਤੇ ਪਜਾਮੇ ਦੋ, ਗਰਮੀ ਦਾ ਵੱਧ ਚਿੱਟੀ ਪੈਂਦੇ ਨੇ ਆਉਣ ਜਾਣ 'ਚ, ਅਤੇ ਆਪਣੇ ਉਹਨੇ ਦਿੱਤਾ ਸੀ ਅੰਮ੍ਰਿਤ ਨੇ ਸ਼ੂਟ, ਇਹ ਕਈ ਹੈਂਗਰਾਂ 'ਚ ਪਾਇਆ ਪਿਆ, ਗਰਮੀ ਵਾਲੇ ਸੂਟ ਬਸ ਮੇਰੇ ਕੋਲ ਆ ਜਿਹੜੇ ਹੁਣ ਗੁਰਮੀਤ ਤੋਂ ਲਿਆਈ ਉਹੀ ਨੇ, ਆਹ ਮੈਂ ਆਮਣੀ ਤੋਂ ਲਿਖਤਾ ਸੀਗਾ, ਹੈ ਨਹੀਂ ਸੀ ਉਰਮ ਕੋਲ ਕੋਈ, ਮਨਵੀਰ ਦਾ ਜਨਮ ਦਿਨ ਉਹਨੂੰ ਦਿੱਤਾ, ਜਿਹੜਾ ਹੈ ਨਹੀਂ ਸੀ ਉਹ ਗਰਮੀ ਸੀ, ਲਿਖਤਾ ਸੀ, ਅਤੇ ਆਹ ਮੈਨੂੰ ਅੰਮ੍ਰਿਤ ਨੇ ਦਿੱਤਾ ਸੀਗਾ, ਬਸ ਗਰਮੀ ਵਾਲੇ ਮੇਰੇ ਕੋਲ ਆ ਰਹੀ ਸੂਟ ਨੇ, ਅਤੇ ਮੇਰੀ ਨਾ ਇਹ 'ਚ ਆਹ ਕੱਪੜੇ ਦੀ ਐਂ ਮੌਜ ਹੈ, ਪ੍ਰੈਸਰ ਨਹੀਂ ਜੀ ਕਰਨੀ ਪੈਂਦੀ, ਇੱਕ ਸੂਟ ਦੋ ਇੱਕ ਹੈਂਗਰ ਦੀ ਟੰਗ ਗਈ, ਪੈਰ ਮਾਰ ਕੇ ਮਾੜੀ ਜਿਹੀ ਕਰੂਹੀ ਦੀ ਤਹਿ ਕੇ ਪਾਏ ਗਏ,
ਹਜੇ ਨਾ ਸਾਡੀ ਚਾਦਰ ਸੁੱਕੀ ਵਿੱਚ ਵਸਾਉਣੀ ਸੀ ਅਤੇ ਮੈਂ ਸੁਖਮਨ ਨੂੰ ਕਿਹਾ ਸੀ ਹੋਰ ਵਸਾ ਲਈ ਸੁਖਮਨ ਕਹਿੰਦੀ ਮੰਮੀ ਇਹੀ ਵਸਾ ਦਾਂਗੇ ਕਹਿੰਦੀ ਵਧੀਆ ਕਿ ਸੁੱਤੀ ਸੀ ਅਤੇ ਇੰਨੇ ਸਰਦਾਰ ਜੀ ਆ ਕੇ ਪਾਏ ਕਿ ਜਦੋਂ ਮੈਂ ਉੱਥੇ ਨਾ ਉਦੋਂ ਉਹ ਕਰਾਂਗੇ ਵਸਾਵਾਂਗੇ ਆਹ ਕੱਪੜੇ ਦੀ ਮੌਜ ਹੈਗੀ ਸੀ ਅਤੇ ਪ੍ਰੈਸ ਨਹੀਂ ਕਰਨੀ ਪੈਂਦੀ ਊਂ ਤਾਂ ਮੈਂ ਉੱਥੇ ਕਰਤੀ ਤੀ ਮਾੜੀ ਜੀ ਫਿਰ ਹੁਣ ਕੱਲ੍ਹ ਜਦੋਂ ਗਿਆ ਉਦੋਂ कपड़े करी गए पगा ने डैडी दी पगा है अलमारी च पईयां ने दो ही ने उपर एक दुकरे थावे सट होर बजी आ गई चलो जी आप कर देंगे वीडियो एंड चाह बना सवा दो हो गए मिलेंगे कल किसी नवी वीडियो जेकर चैनल पर पहली बार चैनल सब्सक्राइब अज की वीडियो चाहिए वाहेगुरु जी का खालसा।